ਇਹ ਫੋਟੋਆਂ ਫੋਟੋਗ੍ਰਾਫਰ ਸਪੈਂਸਰ ਟਿਊਨਿਕ ਨੇ ਖਿੱਚੀਆਂ ਨੇ। ਡੈੱਡ ਸੀ ਦੇ ਕੋਲ ਲੋਕਾਂ ਨੇ ਨਗਨ ਹੋ ਕੇ ਫੋਟੋਸ਼ੂਟ ਵਿੱਚ ਹਿੱਸਾ ਲਿਆ। I enjoy my continued ਮੈਂ ਪਾਣੀ ਦੇ ਪੱਧਰ, ਜ਼ਿੰਦਗੀ ਅਤੇ ਮੌਤ ਦੇ ਮੁੱਦਿਆਂ ਦਾ ਲਗਾਤਾਰ ਆਨੰਦ ਲੈ ਰਿਹਾ ਹਾਂ। ਉਹ ਇਲਾਕੇ ਵਿੱਚ ਵਾਤਾਵਰਨ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਨੇ। My first work was in 2011. ਡੈੱਡ ਸੀ ਉੱਤੇ ਪਹਿਲਾ ਕੰਮ ਸਾਲ 2011 ਵਿੱਚ ਕੀਤਾ ਗਿਆ ਸੀ। ਜਿਹੜੇ ਮਿਨਰਲ ਬੀਚ ਉੱਤੇ ਮੈਂ ਕੰਮ ਕੀਤਾ ਸੀ ਉਹ ਹੁਣ ਗਾਇਬ ਹੋ ਗਿਆ, ਇਹ ਸਿੰਕ ਹੋਲਸ ਨਾਲ ਨਸ਼ਟ ਹੋ ਗਿਆ। ਬਾਸਕਟਬਾਲ ਕੋਰਟ ਜਿੰਨੇ ਵੱਡੇ ਵੱਡੇ ਟੋਏ ਸਨ ਅਤੇ ਇਹ ਬੀਚ ਬੰਦ ਹੋ ਗਿਆ। ਡੈੱਡ ਸੀ ਧਰਤੀ ਦੇ ਹੇਠਲੇ ਤਲ ਉੱਤੇ ਹੈ। ਇਹ ਸਮੁੰਦਰੀ ਕੰਢਾ ਜਾਰਡਨ, ਇਜ਼ਰਾਈਲ ਅਤੇ ਵੈਸਟ ਬੈਂਕ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਹੈ। This is an ongoing ਇਹ ਅਜੋਕੇ ਹਾਲਾਤ ਹਨ, ਇਹ ਸਭ ਬਹੁਤ ਜਲਦੀ ਜਲਦੀ ਵਾਪਰ ਰਿਹਾ ਹੈ। ਡੈੱਡ ਸੀ ਹੌਲੀ ਹੌਲੀ ਗਾਇਬ ਹੋ ਰਿਹਾ ਹੈ। ਲੋਕਾਂ ਨੂੰ ਡੈੱਡ ਸੀ ਦੇ ਲੂਣ ਵਾਲੇ ਥਮਾਂ ਵਾਂਗ ਚਿੱਟੇ ਰੰਗ ਵਿੱਚ ਰੰਗਿਆ ਗਿਆ ਹੈ। ਇਹ ਕਮਜ਼ੋਰ ਤਬਕੇ ਜੰਗ ਲੜਨ ਦੀ ਮਨੁੱਖੀ ਸਮਰੱਥਾ ਹੈ ਜਿਸ ਵਿੱਚ ਮੈਨੂੰ ਦਿਲਚਸਪੀ ਹੈ। ਨਗਨ ਵਿਅਕਤੀ ਬਹੁਤ ਸ਼ਕਤੀਸ਼ਾਲੀ ਇਕਾਈ ਹੁੰਦਾ ਹੈ, ਪਰ ਨਾਲ ਹੀ ਅਸੀਂ ਬਹੁਤ ਅਸੁਰੱਖਿਅਤ ਹਾਂ। ਨਗਨ ਹੋਣ ਨਾਲ ਜਾਣਕਾਰੀ ਵਿੱਚ ਵਾਧਾ ਹੋ ਸਕਦਾ ਹੈ। ਅਸੀਂ ਵਾਤਾਵਰਣ ਵਿੱਚ ਬਿਮਾਰੀਆਂ ਤੋਂ ਲੈ ਕੇ ਸਥਾਈ ਜਲ ਸਰੋਤ ਦੀ ਲੋੜ ਤੱਕ ਹਰ ਚੀਜ਼ ਨਾਲ ਪ੍ਰਭਾਵਿਤ ਹਾਂ। ਸਥਾਨਕ ਸ਼ਹਿਰ ਵਿੱਚ ਯਹੂਦੀ ਭਾਈਚਾਰੇ ਨੇ ਇਸ ਫੋਟੋਸ਼ੂਟ 'ਤੇ ਇਤਰਾਜ਼ ਜਤਾਇਆ ਹੈ। In the past this has created controversy. There was even a Knesset member who tried to get your work banned. What do you feel about that when people object? Main khud nu kismat wala samajhda haan ki mainu rokan de layi mere naam da ek bill rakhya gaya hai. Ek samman hai. Dhanwad. But I actually main sachmuch imandari naal sochda haan ki ek bill hona chahida hai ki mere kam layi tuhanu zindagi vich katto kat ek var ta nagan hona hi pehna hai.